ਬਹੁਤ ਵਧੀਆ ਅੱਜ ਇਹ ਤੀਜੇ ਹਲਕੇ ਦੀ ਮੀਟਿੰਗ ਸੀ ਔਰ ਇੱਕ ਤੋਂ ਇੱਕ ਵਧੀਆ ਮੀਟਿੰਗ ਆ ਹੁੰਗਾਰਾ ਲੋਕਾਂ ਦਾ ਜੋਸ਼ ਔਰ ਪਿਆਰ ਪਰ ਪੰਜਾਬ ਦੇ ਵਿੱਚ ਅਸੀਂ 30 ਦਿਨ ਦਾ ਵੀ ਰੁਜ਼ਗਾਰ ਅਚੀਵ ਨਹੀਂ ਕਰ ਪਾਇਆ ਐਵਰੇਜ ਰੁਜ਼ਗਾਰ ਅਸੀਂ 30 ਦਿਨ ਦਾ ਦੇ ਰਹੇ ਹਾਂ ਜੇ ਸਾਰੇ ਜੋਬ ਕਾਰਡਸ ਦੇਖੀਏ ਤਾਂ 11 ਦਿਨ ਦਾ ਰੁਜ਼ਗਾਰ ਦੇਣਾ ਤਾਂ ਪੰਜਾਬ ਉਸ ਸਕੀਮ ਦੇ ਵਿੱਚ ਬੈਨੀਫਿਸ਼ਰੀ ਨਹੀਂ ਬਣੇਗਾ ਤਾਂ ਕਾਂਗਰਸ ਦੀ ਸਰਕਾਰ ਹੋਣ ਦੇ ਬਾਵਜੂਦ ਨੋਨ ਕਾਂਗਰਸ ਗਵਰਨਮੈਂਟ ਇਸ 'ਤੇ ਪਰਫੋਰਮ ਕਰ ਰਹੀਆਂ ਨੇ ਲੇਕਿਨ ਕਾਂਗਰਸ ਦੀ ਗਵਰਨਮੈਂਟ ਹੋਣ ਦੇ ਬਾਵਜੂਦ ਇੱਥੇ ਪਰਫੋਰਮੈਂਸ ਨਹੀਂ ਹੋ ਰਹੀ ਇਹ ਮੈਂ ਪਹਿਲੀ ਵਾਰੀ ਸੁਣ ਰਹੀ ਹਾਂ ਇਸ 'ਤੇ ਜ਼ਰੂਰ ਗੌਰ ਕਰਾਂਗੇ ਇਹ ਹੋਣਾ ਚਾਹੀਦਾ ਔਰ ਹੋਊਗਾ ਇੰਸਟੀਟਿਊਟ ਡਿਜ਼ਾਈਨ ਬਨੂੜ ਚ ਲੈ ਕੇ ਆਈ ਹੈ 500 ਕਰੋੜ ਦਾ ਜਿਹਦੇ ਵਿੱਚ 1000 ਬੱਚਾ ਹਰ ਸਾਲ ਐਤਕੀ ਸ਼ੁਰੂ ਹੋ ਗਿਆ ਉਹ ਉੱਥੇ ਆਪਣੀ ਡਿਗਰੀ ਲਊਗਾ ਔਰ ਉਹਨੂੰ ਉੱਥੇ ਬੈਠੇ ਬੈਠੇ ਮਲਟੀਨੈਸ਼ਨਲ ਤੋਂ ਨੌਕਰੀ ਮਿਲੂਗੀ 1000 ਬੱਚਾ ਹਰ ਸਾਲ ਰਜਿੰਦਰਾ ਹੋਸਪਿਟਲ 'ਚ 150 ਕਰੋੜ ਦਾ ਲਿਆਇਆ ਹੈ ਉਹਦੀ ਮਲਟੀ ਸਪੈਸ਼ਲਿਟੀ ਬਣ ਰਹੀ ਹੈ ਬਹੁਤ ਕੰਮ ਕੀਤੇ ਗਾਂਧੀ ਜੀ ਨੂੰ ਮੈਨੂੰ ਦੱਸੋ ਕਿ ਕਿਹੜਾ ਪ੍ਰੋਜੈਕਟ ਲੈ ਕੇ ਆਏ ਹੈ ਕਿਸ ਦੇ ਕਿਸ ਆਧਾਰ 'ਤੇ ਇਹ ਗੱਲ ਕਰਦੇ ਨੇ ਪਾਸਪੋਰਟ ਬਿਲਕੁਲ ਨਹੀਂ ਉਹ ਲੈ ਕੇ ਆਇਆ ਕਿਉਂਕਿ ਮੌਕੇ ਦਾ ਉਹ ਸੀਗਾ MP ਸਾਡੇ ਇਹ ਸੰਵਿਧਾਨ ਹੈਗਾ ਪਾਰਲੀਮੈਂਟ ਦਾ ਉਹਨੂੰ ਜ਼ਰੂਰ ਪਤਾ ਦਿੰਦੀ ਹੈ ਮਿਨਿਸਟਰੀ ਉਹਦੇ ਹਲਕੇ 'ਚ ਕੀ ਕੰਮ ਹੁੰਦੇ ਨੇ ਇਹ ਜਿਹੜਾ ਪਾਸਪੋਰਟ ਦਾ ਆਫਿਸ ਆਇਆ ਨਾ ਜਦ ਮੈਂ ਵਿਦੇਸ਼ ਰਾਜ ਮੰਤਰੀ ਸੀ ਉਦੋਂ ਇਹ ਡਿਸਾਈਡ ਹੋਇਆ ਸੀ ਕਿ ਇਸ ਮੈਂ ਕਹਿੰਦਾ ਰਿਕਾਰਡ ਤੋੜ ਏਡਾ ਵੱਡਾ ਘਟਨਾਵੇ ਦੀ ਧਰਤੀ ਕਦੇ ਨਹੀਂ ਹੋਇਆ ਕਾਂਗਰਸ ਕਾਂਗਰਸ ਨੇ ਹਮੇਸ਼ਾ ਦੇਸ਼ ਨੂੰ ਬਚਾਇਆ ਔਰ ਮੋਦੀ ਤੋਂ ਤੰਗ ਨੇ ਲੋਕ ਪਹਿਲਾਂ ਰਾਹੁਲ ਗਾਂਧੀ ਨੂੰ ਲਿਆਉਣ ਵਾਸਤੇ ਕਾਂਗਰਸ ਨੂੰ ਲੋਕ ਵੋਟ ਪਾਉਣਗੇ ਇਕੱਠਾ ਤੁਸੀਂ ਦੇਖ ਸਕਦੇ ਹੋ ਕਿਸੇ ਨੂੰ ਬੈਠਣ ਨੂੰ ਜਗ੍ਹਾ ਨਹੀਂ ਮਿਲ ਰਹੀ ਹੈਗੀ ਮਹਾਰਾਣੀ ਸਾਹਿਬ ਨੂੰ ਉਡੀਕ ਰਹੇ ਨੇ ਸਾਰੇ ਲੋਕ ਉਹਨਾਂ ਦੇ ਵਿਚਾਰ ਸੁਣਨ ਵਾਸਤੇ ਕਾਂਗਰਸ ਪਾਰਟੀ ਦੀ ਬੇਵ ਹੈ ਮੈਨੂੰ ਲੱਗਦਾ ਜੋ ਅੱਜ ਦੇ ਇਕੱਠ ਨੂੰ ਦੇਖ ਕੇ ਲੱਗਦਾ ਕਿ ਮਹਾਰਾਣੀ ਸਾਹਿਬ 90 ਤੋਂ ਘੱਟੋ ਘੱਟ 50,000 ਵੋਟ 'ਤੇ ਜਾਂ 1,00,000 ਵੋਟ 'ਤੇ ਜਿੱਤ ਕੇ ਜਾਣਗੇ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ 'ਚ ਕਰੇ ਅਤੇ ਨਾਲ ਹੀ ਸੈਂਟਰ ਦਾ ਵਜ਼ੀਰ ਬਣਾਵੇ ਦੁਬਾਰਾ ਮੁੜ ਤੋਂ ਇਹੀ ਸਾਡੀ ਕਾਮਨਾ ਹੈ